ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਸਰਪ੍ਰੀਤ ਸਿੰਘ, ਮੈਂ ਪ੍ਰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਤੇ ਸਵਾਗਤ ਕਰਦੇ ਹਾਂ। ਅੱਜ ਅਸੀਂ ਆਏ ਹਾਂ ਜੰਮੂ ਕਸ਼ਮੀਰ ਘੁੰਮਣ ਨੂੰ। ਇਸ ਦੇ ਬਹੁਤ ਸਾਰੇ ਪਲੇਸਿਸ ਨੂੰ ਅਸੀਂ ਵਿਜ਼ਿਟ ਕਰਾਂਗੇ। ਪਹਿਲੀ ਪਲੇਸ ਆਪਾਂ ਵਿਜ਼ਿਟ ਕਰਦੇ ਹਾਂ ਅਮਰ ਪੈਲਸ। ਆਓ ਚੱਲਦੇ ਹਾਂ ਇਸ ਨੂੰ ਐਕਸਪਲੋਰ ਕਰਦੇ ਹਾਂ ਜੀ, ਬਣੇ ਰਹੋ ਸਾਡੇ ਨਾਲ ਜੀ। ਜੰਮੂ ਸ਼ਹਿਰ ਨੂੰ ਘੁੰਮਣ ਲਈ ਨਾ ਜੰਮੂ ਸ਼ਹਿਰ ਦੇ ਵਿੱਚ ਮੈਟਾਡੋਰ ਚੱਲਦੀਆਂ ਨੇ, ਛੋਟੀਆਂ ਮਿੰਨੀ ਬੱਸਾਂ ਚੱਲਦੀਆਂ ਨੇ, ਉਹ ਲੈ ਕੇ ਤੁਸੀਂ ਜੰਮੂ ਦੇ ਕਿਸੇ ਕੋਨੇ ਵਿੱਚ ਵੀ ਆਸਾਨੀ ਨਾਲ ਪਹੁੰਚ ਸਕਦੇ ਹੋ। ਇਸ ਜਗ੍ਹਾ ਵੀ ਤੁਸੀਂ ਮੈਟਾਡੋਰ ਰਾਹੀਂ ਪਹੁੰਚ ਸਕਦੇ ਹੋ। ਜੇਕਰ ਤੁਸੀਂ ਆਪਣਾ ਪਰਸਨਲ ਆਟੋ ਕਰਨਾ ਆ ਉਹ ਵੀ ਕਰ ਸਕਦੇ ਹੋ। ਇਸ ਦੇ ਨਾਲ ਨਾ ਪਹਿਲਾਂ ਮਾਂਡਾ ਜੂ ਬਣਿਆ ਹੋਇਆ ਸੀਗਾ, ਉਹ ਹੁਣ ਚੇਂਜ ਹੋ ਗਿਆ, ਇਸ ਜਗ੍ਹਾ ਤੋਂ ਉਹ ਦੂਸਰੇ ਪਾਸੇ ਚਲਿਆ ਗਿਆ ਜੀ। ਆ ਜਾਓ ਆਪਾਂ ਚੱਲਦੇ ਹਾਂ ਇਸ ਅਮਰ ਪੈਲਸ ਦੇ ਅੰਦਰ ਜੀ, ਇਸ ਨੂੰ ਘੁੰਮਦੇ ਹਾਂ, ਵਿਜ਼ਿਟ ਕਰਦੇ ਹਾਂ ਜੀ। ਅਮਰ ਪੈਲਸ ਦੀ ਐਂਟਰੀ 'ਤੇ ਜੀ ਬਹੁਤ ਵੱਡਾ ਅੰਬਾਂ ਦਾ ਬਾਗ ਆਉਂਦਾ, ਤੁਸੀਂ ਦੇਖ ਸਕਦੇ ਹੋ। ਜਣੀ ਜਦੋਂ ਅੰਬਾਂ ਦੀ ਰੁੱਤ ਹੋਣੀ ਆ ਤਾਂ ਇਹ ਪੂਰਾ ਅੰਬਾਂ ਦਾ ਬਾਗ ਅੰਬਾਂ ਨਾਲ ਅੰਬੀਆਂ ਨਾਲ ਭਰਿਆ ਹੋਇਆ ਹੋਣਾ ਜੀ, ਅਤੇ ਬਹੁਤ ਸੋਹਣਾ ਲੱਗਦਾ ਬਾਗ ਇਹ। ਆਓ ਚੱਲਦੇ ਹਾਂ ਅੰਦਰ ਨੂੰ ਜੀ ਅਮਰ ਪੈਲਸ। ਵੇ ਟੂ ਟਿਕਟ ਕਾਊਂਟਰ, ਆਓ ਚੱਲਦੇ ਹਾਂ ਟਿਕਟ ਲੈਂਦੇ ਹਾਂ। ਇਸ ਅਮਰ ਪੈਲਸ ਨੂੰ ਘੁੰਮਣ ਦੀ ਜੀ ਟਿਕਟ ਪ੍ਰਤੀ ਵਿਅਕਤੀ 50 ਰੁਪੀਜ਼ ਆ। ਜੇਕਰ ਤੁਸੀਂ ਮੋਬਾਈਲ ਦੇ ਨਾਲ ਫੋਟੋਆਂ ਖਿੱਚਣਾ ਚਾਹੁੰਦੇ ਹੋ ਤਾਂ ਉਹਦੇ ਤੁਹਾਨੂੰ ਐਕਸਟਰਾ 50 ਰੁਪੀਜ਼ ਹੋਰ ਦੇਣੇ ਪੈਂਦੇ ਨੇ ਜੀ। ਟਿਕਟਾਂ ਆਪਾਂ ਖਰੀਦ ਲਈਆਂ ਨੇ ਅਤੇ ਹੁਣ ਆਪਾਂ ਚੱਲਦੇ ਹਾਂ ਇਸ ਅਮਰ ਪੈਲਸ ਦੇ ਅੰਦਰ ਨੂੰ ਜੀ, ਘੁੰਮਦੇ ਹਾਂ ਜੀ ਇਸ ਨੂੰ। ਇਸ ਦਾ ਸਮਾਂ ਵੀ ਲਿਖਿਆ ਹੋਇਆ, ਤੁਸੀਂ ਵੀਡੀਓ ਰੋਕ ਕੇ ਦੇਖ ਸਕਦੇ ਹੋ। ਆਓ ਚੱਲਦੇ ਹਾਂ ਇਸ ਦੇ ਅੰਦਰ ਨੂੰ ਜੀ। ਆਪਾਂ ਨਾ ਜਿਸ ਪੈਲਸ ਨੂੰ ਘੁੰਮ ਰਹੇ ਹਾਂ ਦੇਖ ਰਹੇ ਹਾਂ, ਇਹ 1862 ਈਸਵੀ ਦੇ ਵਿੱਚ ਬਣਨਾ ਸ਼ੁਰੂ ਹੋਇਆ ਸੀ ਅਤੇ 1890 ਈਸਵੀ ਦੇ ਵਿੱਚ ਬਣ ਕੇ ਤਿਆਰ ਹੋ ਗਿਆ ਸੀ। ਲਾਲ ਪੱਥਰਾਂ ਦੇ ਨਾਲ ਇਹ ਮਹਿਲ ਬਣਾਇਆ ਗਿਆ ਸੀ। ਮਹਾਰਾਜਾ ਅਮਰ ਸਿੰਘ ਜੀ ਦਾ ਇਹ ਨਿਵਾਸ ਸਥਾਨ ਸੀ। 1975 'ਚ ਨਾ ਇਸ ਮਹਿਲ ਨੂੰ ਮਿਊਜ਼ੀਅਮ ਅਤੇ ਲਾਇਬ੍ਰੇਰੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਜਿਸ ਦਾ ਉਦਘਾਟਨ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਕੀਤਾ ਸੀ ਜੀ। ਇਸ ਮਹਿਲ ਦੇ ਅੰਦਰ ਨਾ 120 ਕਿਲੋ ਸੋਨੇ ਦਾ ਆਪਾਂ ਸੋਫਾ ਕਹਿ ਸਕਦੇ ਹਾਂ, ਪਲੰਘ ਕਹਿ ਸਕਦੇ ਹਾਂ, ਉਹ ਪਿਆ ਆ। ਇਹਨਾਂ ਜਿਹੜੇ ਰਾਜੇ ਸੀ ਜਾਂ ਰਾਣੀਆਂ ਸੀ ਇਹਨਾਂ ਦੇ ਪੁਰਾਣੇ ਵਸਤਰ ਪਏ ਨੇ, ਵਾਸ਼ਰੂਮ ਨੇ, ਸਾਬਣ ਨੇ। ਵੀਡੀਓ ਬਿਨਾਂ ਸਕਿੱਪ ਕੀਤੇ ਹੋਏ ਸਾਡੀ ਪੂਰੀ ਜ਼ਰੂਰ ਦੇਖਿਓ ਜੀ, ਅੱਗੇ ਅੱਗੇ ਅਸੀਂ ਤੁਹਾਨੂੰ ਸਾਰਾ ਦਿਖਾਵਾਂਗੇ। ਧੰਨ ਗੁਰੂ ਨਾਨਕ ਸਾਹਿਬ ਦੇ ਅੰਦਰ ਤਸਵੀਰ ਲੱਗੀ ਹੋਈ ਆ ਜੀ, ਤੁਹਾਨੂੰ ਉਹਦੇ ਵੀ ਦਰਸ਼ਨ ਕਰਾਵਾਂਗੇ ਜੀ। ਵੀਡੀਓ ਚੰਗੀ ਲੱਗ ਰਹੀ ਆ, ਵਧੀਆ ਲੱਗ ਰਹੀ ਆ ਤਾਂ ਲਾਈਕ ਜ਼ਰੂਰ ਕਰੋ ਜੀ। ਮਹਾਰਾਜਾ ਗੁਲਾਬ ਸਿੰਘ ਜੀ ਨੇ ਡੋਗਰਾ ਵੰਸ਼ ਦਾ ਰਾਜ ਜੰਮੂ ਅਤੇ ਕਸ਼ਮੀਰ ਦੇ ਵਿੱਚ ਚਲਾਇਆ ਸੀ। ਉਹਨਾਂ ਨੇ ਤਕਰੀਬਨ ਨਾ 75 ਲੱਖ ਰੁਪਈਆ ਬ੍ਰਿਟਿਸ਼ ਸਰਕਾਰ ਨੂੰ ਦੇ ਕੇ ਜੰਮੂ ਅਤੇ ਕਸ਼ਮੀਰ ਨੂੰ ਮੁੱਲ ਖਰੀਦਿਆ ਸੀ ਜੀ। ਤਵੀ ਨਦੀ ਦੇ ਕੰਢੇ 'ਤੇ ਬਣੇ ਹੋਏ ਇਸ ਅਮਰ ਪੈਲਸ, ਇਸ ਹਰੀ ਪੈਲਸ ਨੂੰ ਜਦੋਂ ਵੀ ਤੁਸੀਂ ਕਦੇ ਜੰਮੂ ਸ਼ਹਿਰ ਵਿੱਚ ਆਓ ਤਾਂ ਦੇਖਣਾ ਨਾ ਭੁੱਲਿਓ ਜੀ। ਬਹੁਤ ਸੋਹਣਾ ਇਹ ਪੈਲਸ ਬਣਿਆ ਹੋਇਆ ਆ। ਇਹ ਆ ਜੀ ਉਹ 120 ਕਿਲੋ ਸੋਨੇ ਦਾ ਬਣਿਆ ਹੋਇਆ ਸੋਫਾ, ਬੈੱਡ ਜਾਂ ਪਲੰਘ ਕਹਿ ਸਕਦੇ ਹੋ ਤੁਸੀਂ ਇਸ ਨੂੰ।
ਆਪਾਂ ਨਾ ਹੁਣ ਜਿਸ ਆਰਟ ਗੈਲਰੀ ਦੇ ਵਿੱਚ ਐਂਟਰ ਹੋਏ ਹਾਂ ਇਹਦੇ ਵਿੱਚ ਨਾ ਵਾਟਰ ਪੇਂਟਿੰਗ ਰਾਹੀਂ ਤਸਵੀਰਾਂ ਬਣਾ ਕੇ ਦੀਵਾਰ ਦੇ ਉੱਤੇ ਲਾਈਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਨਾ ਪੂਰੇ ਜੰਮੂ ਕਸ਼ਮੀਰ ਦਾ ਕਲਚਰ ਝਲਕਦਾ ਆ ਜੀ। ਤਸਵੀਰਾਂ ਦੇ ਜ਼ਰੀਏ ਜੀ ਉਸ ਕਲਚਰ ਨੂੰ ਪੇਸ਼ ਕੀਤਾ ਗਿਆ ਹੈ ਜੀ। ਇਹ ਨਾ ਭਾਈ ਸ਼ੋਭਾ ਸਿੰਘ ਜੀ ਵੱਲੋਂ ਜਿਹੜੀਆਂ ਤਸਵੀਰਾਂ ਬਣਾਈਆਂ ਗਈਆਂ ਨੇ ਉਹ ਵੀ ਇਸ ਜਗ੍ਹਾ ਦੇ ਉੱਤੇ ਲਗਾਈਆਂ ਗਈਆਂ ਨੇ ਜੀ। ਬਹੁਤ ਸੋਹਣੀ ਇਹ ਆਰਟ ਗੈਲਰੀ ਬਣੀ ਹੋਈ ਆ ਜੀ। ਆਪਾਂ ਸਭ ਨੇ ਮਿਲ ਕੇ ਵਿਜ਼ਿਟ ਕਰ ਲਿਆ ਹੈ ਅਮਰ ਪੈਲੇਸ ਨੂੰ। ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਲਾਈਕ, ਚੈਨਲ ਸਬਸਕ੍ਰਾਈਬ ਕਰਨਾ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਜੀ। ਮਿਲਾਂਗੇ ਨਵੀਂ ਪਲੇਸ 'ਤੇ ਨਵੀਂ ਵੀਡੀਓ ਦੇ ਨਾਲ। ਤਦ ਤੱਕ ਬਣੇ ਰਹੋ ਸਾਡੇ ਨਾਲ ਅਤੇ ਬਾਏ।